ਚਲੋ ਜੀ, ਆਪਾਂ ਆ ਗਏ ਰਿਮਾਰਕੇਬਲ ਰੌਕਸ, ਦੂਰੋਂ ਹੀ ਦੇਖ ਰਿਹਾ ਉੱਦਾਂ, ਅਤੇ ਗੱਡੀਆਂ ਸਾਡੀਆਂ ਇੱਕ ਦੋ ਹੀ ਆ ਇੱਥੇ ਬਸ ਪਾਰਕਿੰਗ 'ਚ, ਇੱਕ ਤਾਂ ਸਾਡੀ ਆ, ਇੱਕ ਬਸ ਆ ਵੈਨ ਖੜ੍ਹੀ ਆ ਇੱਥੇ, ਕੋਈ ਟੂਰਿਸਟਰ ਹੋਰ ਆਏ ਹੋਣਗੇ। ਅਤੇ ਚਲੋ ਵਧੀਆ, ਜਿੰਨੇ ਘੱਟ ਹੋਵਾਂਗੇ ਉਨਾ ਰਸ਼ ਘੱਟ ਹੁੰਦਾ। ਇੱਥੋਂ ਦੂਰੋਂ ਦਿਖਾਉਂਦਾ ਮੈਂ ਤੁਹਾਨੂੰ ਕਿਵੇਂ ਦਾ ਲੱਗਦਾ। ਉਹ ਕਨਾ ਉਹ ਉੱਥੇ ਜਾਣਾ, ਉਹ ਪੱਥਰਾਂ 'ਤੇ ਆਪਾਂ, ਦੂਰੋਂ ਛੋਟੇ ਛੋਟੇ ਲੱਗਦੇ ਹੋਣੇ। ਇਹਦੀ ਬੈਟਰੀ ਲਿਆਉਣੀ ਹੈ। ਅਤੇ ਵਾਕਿੰਗ ਟ੍ਰੇਲ ਹੈਗੀ ਥੋੜ੍ਹੀ ਜਿਹੀ, ਇਹ ਆ ਹਿਸਟਰੀ ਹੈ ਇਹਦੀ, ਸਾਰੀ ਕੁਛ ਲਿਖਿਆ ਹੋਇਆ ਅਤੇ ਇਨਫੋਰਮੇਸ਼ਨ ਵਗੈਰਾ ਦਿੱਤੀ ਹੋਈ ਆ। ਆਹ ਬੰਦੇ ਸੀਗੇ ਜਿਹਨਾਂ ਨੇ ਸਭ ਤੋਂ ਪਹਿਲਾਂ ਮਤਲਬ ਖੋਜ ਕੀਤੀ ਸੀ। ਇੱਥੇ ਲਿਖਿਆ ਜਿਵੇਂ 500 million ਈਅਰਸ ਓਲਡ ਇਹਨਾਂ ਦੀ ਫੋਰਮੇਸ਼ਨ ਹੋਈ ਸੀਗੀ। ਆ ਸਾਰਾ ਏਰੀਆ ਜਿੰਨਾ ਵੀ ਹੈਗਾ ਇਹ ਸਾਰੇ ਨੂੰ ਅੱਗ ਲੱਗ ਗਈ ਸੀਗੀ। ਅਤੇ ਆਹ ਦੇਖ ਲਓ ਤੁਸੀਂ, ਮੱਚਿਆਂ ਹੋਇਆ ਤੁਹਾਨੂੰ ਦਿਖ ਰਿਹਾ ਹੈ। ਇਹ ਸਾਰਾ ਆਪਣੇ ਆਪ 3 ਸਾਲਾਂ 'ਚ ਬਾ ਇੰਨਾ ਇੰਨਾ ਕੀ ਹੋਇਆ ਹਲੇ। ਆਹ ਲਿਖਿਆ ਵੀ ਹੋਇਆ ਇੱਥੇ ਵੀ January 2020 'ਚ ਅੱਗ ਲੱਗ ਗਈ ਸੀਗੀ। ਆ ਵਾਕਿੰਗ ਟ੍ਰੇਲ ਜੀ ਵਧੀਆ ਬਣਾਈ ਹੋਈ ਹੈ ਇਹਨਾਂ ਨੇ ਇੱਥੇ, ਉੱਦਾਂ ਇਹ ਬਣਾਈ ਇਹਨਾਂ ਨੇ 2021 ਦੇ ਵਿੱਚ, ਜਦੋਂ ਮੈਂ ਆਇਆ ਸੀ ਇੱਥੇ 3 ਕੁ ਸਾਲ ਪਹਿਲਾਂ ਆਇਆ ਸੀ, ਉਦੋਂ ਕੰਸਟਰਕਸ਼ਨ ਚੱਲ ਰਹੀ ਸੀ ਇਸ ਏਰੀਏ ਦੀ, ਇਸ ਚੀਜ਼ ਨੂੰ ਬਣਾਉਣ ਲਈ। ਅਤੇ ਉਦੋਂ ਇੱਥੇ ਸਾਰੀ ਰਾਖ ਹੀ ਰਾਖ ਹੁੰਦੀ ਸੀਗੀ। ਸਮੁੰਦਰ ਵੀ ਦਿਖਦਾ ਇੱਥੋਂ। ਉਹ ਵੇਖੋ ਰਿਮਾਰਕੇਬਲ ਰੌਕਸ, ਆ ਇੱਥੇ ਲਿਖਿਆ ਹੋਇਆ ਹੁਣ ਸਾਰਾ ਕੁਛ। ਦੂਸਰੀ ਰੇਂਜ 'ਚ ਨਹੀਂ ਜਾ ਸਕਦੇ, ਸਿਰਫ ਇੱਧਰ ਇੱਧਰ ਹੀ ਰਹਿ ਸਕਦੇ ਹਾਂ, ਪਰ ਉਹ ਸਟੋਨ ਦੇ ਆਲੇ ਦੁਆਲੇ ਘੁੰਮ ਸਕਦੇ ਹਾਂ ਨਾ। ਹਾਂ ਹਾਂ, ਉਹਨਾਂ ਦੇ ਆਲੇ ਦੁਆਲੇ ਘੁੰਮ ਸਕਦੇ ਆਪਾਂ। ਸਟਰੋਂਗ ਵਿੰਡਸ ਰੱਖੇ ਨਾ, ਅਨਐਕਸਪੈਕਟਡ ਲਾਰਜ ਵੇਵਸ, ਸਲਿਪਰੀ ਰੌਕਸ। ਕਿਵੇਂ ਲੱਗਦੇ ਆ ਨਾ, ਕਿਵੇਂ ਕੱਟੇ ਹੋਏ ਆ ਜਿਵੇਂ ਹੱਥਾਂ ਨਾਲ।
ਨਹੀਂ ਪਤਾ ਤਾਂ ਲੱਗਦਾ ਪਿਆ ਨੈਚੁਰਲ ਹੀ ਆ ਜਿਵੇਂ ਹੈ ਹੀ ਨੈਚੁਰਲ ਆ ਇਹ ਨਹੀਂ ਪਤਾ ਲੱਗਦਾ ਪਿਆ ਵੀ ਹੱਥਾਂ ਨਾਲ ਨਹੀਂ ਜਿਵੇਂ ਇੱਧਰ ਦੇਖਾ ਵੇਵਸ ਦੀਆਂ ਬਣਦੀਆਂ ਹਾਂ ਆ ਦੇਖ ਜਿਵੇਂ ਇੱਥੋਂ ਪਾਣੀ ਆਇਆ ਬਾਰ ਬਾਰ ਜਾ ਜਾ ਕੇ ਇਹਨਾਂ ਨੇ ਜਿਵੇਂ ਕੁੱਤੀਆਂ ਜਿਹੀਆਂ ਪੱਟੀਆਂ ਹੁੰਦੀਆਂ ਨੇ ਨਾ ਆ ਸਾਰੇ ਪੱਥਰ ਕਈ ਸਦੀਆਂ ਮਤਲਬ ਹਜ਼ਾਰਾਂ ਸਾਲਾਂ ਕਹੂੰਗਾ ਮੈਂ ਤਾਂ ਇੰਨੇ ਸਾਲਾਂ 'ਚ ਪਾਣੀ ਨਾਲ ਖੁਰ ਗਈਆਂ ਨੇ ਮਤਲਬ ਕਿਸੇ ਟਾਈਮ ਇਹ ਪਾਣੀ ਦਾ ਲੈਵਲ ਇੰਨਾ ਉੱਚਾ ਹੋਊਗਾ ਵੀ ਜਿਹੜਾ ਛੱਲਾਂ ਇਹ 'ਤੇ ਵੱਜਦੀਆਂ ਸੀਗੀਆਂ ਪੱਥਰਾਂ 'ਤੇ ਸਟਰਕਚਰ ਦੇਖੋ ਇਹਨਾਂ ਦੇ ਪੱਥਰਾਂ ਦੇ ਕਿਵੇਂ ਅੰਦਰੋਂ ਖੋਖਲਾ ਦੇਖੋ ਦੇਖੋ ਯਾਰ ਕੀ ਸਟਰਕਚਰ ਬਣੇ ਹੋਏ ਹਨ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਥਾਂ ਇਹ ਆ ਦੇਖੋ ਸਾਰਾ ਨਾ ਜਿਵੇਂ ਇੱਥੋਂ ਪਾਣੀ ਨੇ ਆਪਣਾ ਰਸਤਾ ਬਣਾਇਆ ਹੋਇਆ ਹੈਗਾ ਆਹ ਚੀਜ਼ 'ਤੇ ਜਿਵੇਂ ਨਹਿਰ ਟਾਈਪ ਨਹੀਂ ਬਣੀ ਹੁੰਦੀ ਐਵੇਂ ਰਸਤਾ ਬਣਾਇਆ ਹੋਇਆ ਪਾਣੀ ਨੇ ਪਹਿਲਾਂ ਛੱਲਾਂ ਮਾਰ ਮਾਰ ਕੇ ਇੱਥੋਂ ਨੀਚੇ ਰੁੜ ਰੁੜ ਕੇ ਪਾਣੀ ਨੇ ਉਹ ਤਾਂ ਐਂ ਲੱਗਦਾ ਜਿਵੇਂ ਕਿਸੇ ਬੰਦੇ ਦਾ ਮੂੰਹ ਹੁੰਦਾ ਆਹ ਵਾਲਾ ਆਹ ਵਾਲਾ ਦੇਖੋ ਤੁਸੀਂ ਆਹ ਵੀ ਆਹ ਅੱਖਾਂ ਆ ਗਈਆਂ ਆਹ ਮੂੰਹ ਆ ਗਿਆ ਬੜੇ ਅਜੀਬ ਤਰੀਕੇ ਨਾਲ ਕੱਟਿਆ ਹੋਇਆ ਪੱਥਰ ਇਹ ਇਹ ਆ ਗਏ ਜੀ ਆਪਾਂ ਕੈਂਗਰੂ ਆਇਲੈਂਡ ਦੇ ਲਾਸਟ ਸਪੋਟ 'ਤੇ ਇੱਥੇ ਹੈਗਾ ਲਾਈਟ ਹਾਊਸ ਇੱਧਰ ਆ ਜਾਂਦਾ ਸਾਰਾ ਸਦਰਨ ਓਸ਼ੀਅਨ ਸਦਰਨ ਓਸ਼ੀਅਨ ਵਾਲੇ ਪਾਸੇ ਆਏ ਹੋਏ ਹਾਂ ਆਪਾਂ ਅਤੇ ਸਾਰਾ ਇਹ ਤੋਂ ਅੱਗੇ ਮਤਲਬ ਜੇ ਕੋਈ ਧਰਤੀ ਆਊਗੀ ਤਾਂ ਉਹ ਅੰਟਾਰਟਿਕਾ ਦੀ ਆਊਗੀ ਜਿਹਨੂੰ ਸੱਤਵਾਂ ਮਹਾਂਦੀਪ ਵੀ ਕਹਿੰਦੇ ਆ ਅਤੇ ਆਹ ਹੈਗਾ ਲਾਈਟ ਹਾਊਸ ਇੱਕ ਬੱਸ ਵੀ ਆਈ ਹੋਈ ਆ ਇੱਥੇ ਟੂਰਿੰਗ ਵਾਲੀ ਬਹੁਤ ਜਨਤਾ ਆਈ ਆ ਇਹ ਬੱਸ 'ਤੇ ਵੀ ਆ ਸਕਦੇ ਹਾਂ ਵੈਸੇ ਜੇ ਆਪਾਂ ਤੁਸੀਂ ਗੱਡੀ 'ਤੇ ਨਹੀਂ ਆਉਣਾ ਚਾਹੁੰਦੇ ਇਹ ਚੱਲਦੀ ਆ ਆਪਣਾ ਜਿੱਥੋਂ ਫੈਰੀ ਉਤਰਦੀ ਆ ਜਿੱਥੇ ਆਪਾਂ ਮਤਲਬ ਫੈਰੀ 'ਚ ਫੜਨੀ ਆ ਜਿੱਥੋਂ ਉੱਥੋਂ ਤੁਸੀਂ ਪਾਰਕਿੰਗ ਲਾ ਕੇ ਆਪਦੀ ਗੱਡੀ ਫੈਰੀ ਦੇ ਵਿੱਚ ਆ ਕੇ ਅਤੇ ਜਿੱਥੇ ਉਤਰਨਾ ਉੱਥੋਂ ਤੁਸੀਂ ਇਹ ਬੱਸ ਲੈ ਸਕਦੇ ਹੋ ਇਹਦਾ 350 ਦਾ ਹੈਗਾ ਮਤਲਬ ਕਿਰਾਇਆ ਅਤੇ ਇਹ 4-5 ਲੋਕੇਸ਼ਨਸ 'ਤੇ ਲੈ ਕੇ ਜਾਂਦੀ ਹੈ ਅਤੇ ਨਾਲ ਹੀ ਆਪਾਂ ਨੂੰ ਇਹ ਇੱਕ ਆਪਣਾ ਲੰਚ ਵੀ ਕਰਾਉਂਦੀ ਹੈ ਇੱਕ ਜਗ੍ਹਾ 'ਤੇ ਆਪਾਂ ਉੱਥੋਂ ਆਇਆ ਹੁਣ ਉਹ ਰਿਮਾਰਕਬਲ ਰੌਕਸ ਤੋਂ ਆਇਆਂਗੇ ਆਪਾਂ ਹੁਣ ਉਹ ਉੱਥੋਂ ਉਹ ਜਗ੍ਹਾ ਤੋਂ
ਕਿਵੇਂ ਲੱਗਿਆ ਫਿਰ ਮੁੰਡਿਆ? ਵਧੀਆ, ਉਹ ਦੇਖ ਸਾਰੀਆਂ ਕੈਨੇਡਾ ਵਾਲਿਆ ਵੇਵਸ ਨਾਲ ਕਿਵੇਂ ਬਣਿਆ ਹੋਇਆ ਦੇਖ, ਸਾਰੀਆਂ ਵੇਵਸ ਨਾਲ ਕਿਵੇਂ ਬਣਿਆ ਹੋਇਆ ਉਹਦੇ ਤੇ ਸਾਰਾ। ਹਾਂ ਹਾਂ ਸਾਈਡਸ ਉਹ ਤਾਂ ਹੀ ਆ ਨਾ ਫਿਰ, ਉਹ ਜਿਵੇਂ ਉਹ ਪਾਣੀ ਦਾ ਲੈਵਲ ਜਿਵੇਂ ਪਹਿਲਾਂ ਉੱਚਾ ਸੀ ਉਸ ਹਿਸਾਬ ਨਾਲ ਉਹਨਾਂ ਨੇ ਤਾਂ ਹੀ ਲਿਖ ਕੇ ਲਾਇਆ, ਕਿਉਂਕਿ ਟਾਈਮਿੰਗ ਕੱਢ ਲਈ ਇਹਨਾਂ ਨੇ। ਆ ਵੀ ਦੇਖਾ ਪੂਰਾ ਐਂ ਬਣਿਆ ਕੱਢ ਕੱਢ। ਆ ਲੁੱਕ ਆਊਟ ਹੈ ਜੀ ਇੱਥੇ ਫੋਰ ਫਾਰ ਸੀਲਸ ਦਾ, ਆਹ ਵੇਖੋ ਇਹ ਵਾਲੀਆਂ ਸੀਲਸ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ, ਅਤੇ ਆਵਾਜ਼ ਵੀ ਸ਼ਾਇਦ ਤੁਹਾਨੂੰ ਸੁਣ ਰਹੀ ਹੋਣੀ ਆ। ਆਹ ਦੇਖੋ ਪੱਥਰ ਦੇ ਨੀਚੇ ਕਿੰਨੀਆਂ ਬੈਠੀਆਂ ਨੇ, ਉਹ ਕਾਲੇ ਕਾਲੇ ਜਿਹੇ ਡੋਟ ਡੂਟ ਜਿਹੇ, ਜਿਵੇਂ ਆਹ ਹੈਗਾ ਆਹ ਸੀ ਆਹ ਸੀ, ਉਹ ਸਾਰੀਆਂ ਫਰ ਸੀਲਸ ਨੇ ਇਹ। ਉਹ ਪੂਰੀ ਵਾਕ ਟ੍ਰੇਲ ਬਣੀ ਹੋਈ ਹੈ, ਉਹ ਉੱਥੋਂ ਆਉਂਦੀ ਹੈ ਜਿਹੜੀ, ਉਹ ਥੱਲੇ ਉੱਥੇ ਨੀਚੇ ਤੱਕ ਜਾ ਸਕਦੇ ਹੋ ਤੁਸੀਂ।